ਇਹ ਜਿਹੜਾ ਸ਼ਹੀਦੀ ਪੰਦਰਵਾੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਗੁਰੂ ਘਰਾਂ ਨੂੰ ਬੇਨਤੀ ਆ ਸੁਨੇਬਰ ਭਾਈ, ਪਹਿਲੀ ਜਨਵਰੀ ਤੱਕ ਕਿਸੇ ਵੀ ਅਸਥਾਨ ਦੇ ਉੱਤੇ ਕਿਸੇ ਨੂੰ ਸਿਰਪਾਓ ਦੀ ਬਖਸ਼ਿਸ਼ ਨਾ ਕੀਤੀ ਜਾਵੇ। ਕੇਵਲ ਦਾ ਕੇਵਲ ਅਰਦਾਸ ਰੂਪੀ ਮਹਾਨ ਸ਼ਹੀਦਾਂ ਸਿੰਘਾਂ ਨੂੰ ਨਤਮਸਤਕ ਹੋਈਏ। ਕੋਈ ਬਿਲਕੁਲ ਸਾਰੇ ਗੁਰੂ ਘਰ ਇਸ ਗੱਲ ਨੂੰ ਮੈਂ ਸੁਨੇਬਰ ਬੇਨਤੀ ਕਰਦਾ ਅਤੇ ਸ਼੍ਰੋਮਣੀ ਕਮੇਟੀ ਦੇ ਜਿੰਨੇ ਸਥਾਨ ਆ ਇਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਆਦੇਸ਼ ਵੀ ਕਰ ਦਿੱਤੇ ਆ, ਚਿੱਠੀਆਂ ਜਿਹੜੀਆਂ ਚਲੇ ਵੀ ਗਈਆਂ ਭਾਈ, ਤੁਸੀਂ ਪਹਿਲੀ ਤੱਕ ਕਿਸੇ ਨੇ ਕਿਸੇ ਗੁਰੂ ਘਰ ਦੇ ਵਿੱਚ ਸਿਰ ਪਾਉ ਨਹੀਂ ਦੇਣਾ। ਹਾਂ, ਸਿਰਫ ਜਿੱਥੋਂ ਨਗਰ ਕੀਰਤਨ ਪ੍ਰਾਰੰਭ ਹੋਣਾ ਉੱਥੇ ਪੰਜ ਪਿਆਰੇ ਜਿਹੜੇ ਆ ਉਹਨਾਂ ਨੂੰ ਦੇ ਸਕਦੇ ਹਾਂ, ਇੱਕ ਸਿਰਫ ਸਿਰ ਪਾਓ, ਬਾਕੀ ਕਿਤੇ ਕੋਈ ਸਿਰ ਪਾਉ ਨਹੀਂ ਦੇਣਾ। ਉਹ ਤੋਂ ਇਲਾਵਾ ਇਹ 15 ਦਿਨਾਂ ਦੇ ਵਿੱਚ ਕੋਈ ਵੀ ਮਿੱਠਾ ਪਕਵਾਨ ਜਿਹੜਾ ਆ, ਚਾਹੇ ਸੱਚਖੰਡ ਦਰਬਾਰ ਸਾਹਿਬ ਆ, ਚਾਹੇ ਤਖ਼ਤ ਕੇਸਗੜ੍ਹ ਆ, ਚਾਹੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਆ, ਉਹਦੇ ਵਿੱਚ ਕੋਈ ਮਿੱਠੇ ਦਾ ਪਕਵਾਨ ਨਹੀਂ ਬਣਾਇਆ ਜਾਊਗਾ। ਕੇਵਲ ਦਾ ਕੇਵਲ ਇੱਕ ਦਾਲ ਅਤੇ ਇੱਕ ਸਬਜ਼ੀ, ਕੋਈ ਸ਼ਾਹੀ ਭੋਜ ਨਹੀਂ, ਸਿਰਫ ਜੋ ਪਰੰਪਰਾ ਖਾਲਸੇ ਦੀ ਉਹ ਸਿਰਫ ਇੱਕ ਦਾਲ ਅਤੇ ਸਬਜ਼ੀ ਅਤੇ ਸਿੰਪਲ ਫੁਲਕੇ ਨਾਲ ਇਹ 1 ਜਨਵਰੀ ਤੱਕ ਇਸੇ ਤਰ੍ਹਾਂ ਰੱਖਣਾ ਅਤੇ ਉਸ ਤੋਂ ਬਾਅਦ ਫਿਰ ਅਸੀਂ ਇੱਕ ਐਗਜੈਕਟਿਵ ਦੇ ਵਿੱਚ ਕੋਈ ਹੋਰ ਨਵਾਂ ਫੈਸਲਾ ਸਿਰਪਾਓ ਦੀ ਬਖਸ਼ਿਸ਼ ਵੀ ਸਿੱਖ ਬਾਬਤ ਵੀ ਲਵਾਂਗੇ। ਸੋ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ, ਜਿਨ੍ਹਾਂ ਮਹਾਨ ਸ਼ਹੀਦਾਂ ਕਰਕੇ ਅੱਜ ਆਪਾਂ ਇਸ ਆਜ਼ਾਦ ਦੇਸ਼ ਦੀ ਧਰਤੀ 'ਤੇ ਬੈਠੇ ਹਾਂ, ਜੇ ਉਹ ਸ਼ਹਾਦਤਾਂ ਨਾ ਦਿੰਦੇ ਤਾਂ ਹੋ ਸਕਦਾ ਸੀ ਅਸੀਂ ਵੀ ਅੱਜ ਤੱਕ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਜਕੜੇ ਹੁੰਦੇ। ਸੋ ਉਹਨਾਂ ਮਹਾਨ ਸ਼ਹੀਦਾਂ ਨੇ ਆਪਣੇ ਲਹੂ ਅਤੇ ਮਿੰਝ ਦੇ ਨਾਲ, ਅੱਜ ਤਾਂ ਲੋਕਤੰਤਰ ਆ, ਉਦੋਂ ਲੋਕਤੰਤਰ ਨਹੀਂ ਸੀ, ਉਦੋਂ ਰਾਜ ਸੱਤਾ ਮਹਾਰਾਜਿਆਂ ਦੀ ਹੁੰਦੀ ਸੀ। ਉਹਨਾਂ ਮਹਾਨ ਸ਼ਹੀਦਾਂ ਨੇ ਇਹ ਜਿਹੜੀਆਂ ਪਰੰਪਰਾਵਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਗੁਰੂ ਸਾਹਿਬ ਜੀ ਦੇ ਪੰਜ ਪਿਆਰੇ, ਉਹਨਾਂ ਦੇ ਵਿੱਚੋਂ ਤਿੰਨ ਪੰਜ ਪਿਆਰਿਆਂ ਦਾ ਸ਼ਹੀਦੀਆਂ ਪਾਉਣਾ, 40 ਮੁਕਤਿਆਂ ਦਾ, ਫਿਰ 40 ਜਾ ਕੇ ਮੁਕਤਸਰ ਦੀ ਧਰਤੀ 'ਤੇ ਖਦਰਾਣੇ ਦੀ ਟਾਬ, ਇਹ ਸਾਰਾ ਮਹੀਨਾ ਪੋਹ ਦਾ ਜਿਹੜਾ ਆ, ਇਹ ਮੈਂ ਤਾਂ ਕਈ ਵਾਰੀ ਮਾਲਵੇ ਦੀ ਧਰਤੀ 'ਤੇ ਵੀ ਦੇਖਦਾ ਭਈ ਲੋਕ ਬਹੁਤ ਸਿੰਪਲ ਢੰਗ ਨਾਲ ਇੱਕ ਦਾਲ ਅਤੇ ਫੁਲਕਾ ਬਣਾਉਂਦੇ, ਸਬਜ਼ੀ ਵੀ ਨਹੀਂ ਬਣਾਉਂਦੇ। ਅਤੇ ਕਈ ਤਾਂ ਪਰਿਵਾਰ ਅੱਜ ਵੀ ਆਸਣ ਵੀ ਆਪਣਾ ਜ਼ਮੀਨ 'ਤੇ ਪੈ ਕੇ ਆਪਣਾ ਰੈਣ ਬਸੇਰਾ ਕਰਦੇ ਰਾਤ ਨੂੰ। ਸੋ ਮੈਂ ਸਮਝਦਾ ਇਹ ਗੁਰੂ ਸਾਹਿਬ ਕਿਰਪਾ ਕਰਨ, ਮਹਾਨ ਸ਼ਹੀਦ ਸਤਿਕਾਰ ਅਤੇ ਜੋ ਸਿੱਖ ਪੰਥ ਲਈ ਵੀ ਨਹੀਂ ਪੈਣਾ ਪਾਈਆਂ ਉਹ ਸਾਡੇ ਲਈ ਅੱਜ ਵੀ ਪ੍ਰਚਲਿਤ ਆ। ਖਾਲਸਾ ਪੰਥ ਉਹਨਾਂ 'ਤੇ ਹਮੇਸ਼ਾ ਹੀ ਮਾਣ ਕਰਦਾ ਅਤੇ ਮਾਣ ਕਰਦਾ ਰਹੂਗਾ। ਅੰਤ ਦੇ ਵਿੱਚ ਤੁਹਾਨੂੰ ਫਿਰ ਕਿ ਇਹ 20 ਤਰੀਕ ਦਾ ਜਿਹੜਾ ਪ੍ਰੋਗਰਾਮ ਉਹਨੂੰ ਹਾਲ ਦੀ ਘੜੀ ਮੁਲਤਵੀ ਕੀਤਾ ਪੰਥ ਦੇ ਵਧੇਰੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ।